ਲੁਧਿਆਣਾ ਵਿਖੇ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰਾਜ ਸਦਰ ਤੋਂ ਆਏ ਹੋਏ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ। ਹਾਂਜੀ, ਧੰਨਾਮਲ ਗੋਇਲ, ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ, ਰਜਿਸਟਰ 295। ਅੱਜ ਅਸੀਂ ਸਾਡਾ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਦਾ ਸੂਬਾ ਡੈਲੀਗੇਟ ਇਜਲਾਸ ਕਰਨ ਜਾ ਰਹੇ ਹਾਂ। ਪਿਛਲਾ ਇਜਲਾਸ ਸਾਡਾ 31/7/2015 ਨੂੰ ਹੋਇਆ ਸੀ। ਉਸ ਤੋਂ ਬਾਅਦ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚੋਂ 150 ਦੇ ਕਰੀਬ ਜਿਹੜੇ ਸਾਡੇ ਇੱਥੇ ਡੈਲੀਗੇਟ ਸ਼ਾਮਿਲ ਹੋਏ ਨੇ। ਔਰ ਅਸੀਂ ਪਿਛਲੇ ਸਮੇਂ ਦੇ ਵਿੱਚ ਕੀ ਕੀਤਾ, ਕਿਸ ਤਰ੍ਹਾਂ ਦੇ ਸੰਘਰਸ਼ ਅਸੀਂ ਕੀਤੇ ਆ, ਕੀ ਪ੍ਰੋਬਲਮਾਂ ਸਾਨੂੰ ਆਈਆਂ ਨੇ, ਔਰ ਕਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਸੀ ਹਿਸਾਬ ਕਿਤਾਬ ਜੋ ਵੀ ਸਾਡਾ ਹੈਗਾ ਫੰਡਾਂ ਦਾ, ਉਹਦੇ ਸੰਬੰਧ ਦੇ ਵਿੱਚ ਵਿੱਤ ਰਿਪੋਰਟ, 71 ਰਿਪੋਰਟ, ਔਰ ਵੱਖ ਵੱਖ ਡੈਲੀਗੇਟਾਂ ਵੱਲੋਂ ਨਵੇਂ ਸਮੇਂ ਨਵੇਂ ਸਿਰੇ ਤੋਂ ਅਸੀਂ ਕਿੱਦਾਂ ਜਿਹੜਾ ਸੰਘਰਸ਼ ਇਹ ਲੜਨਾ ਹੈ, ਆਪਣਾ ਹੱਕ ਇਹ ਕਿਵੇਂ ਪ੍ਰਾਪਤ ਕਰਨਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੀ ਜਿਹੜੀ ਕਾਂਗਰਸ ਸਰਕਾਰ ਸੀ, ਕਾਂਗਰਸ ਸਰਕਾਰ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਮਦ ਨੰਬਰ 16 ਦੇ ਉੱਤੇ, ਚੋਣ ਮੈਨੀਫੈਸਟੋ ਦੇ ਵਿੱਚ ਪਾਇਆ ਸੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਉਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਜਿਹੜੀਆਂ ਹੈਲਥ ਮਿਨਿਸਟਰ ਨਾਲ ਅਤੇ ਦੂਸਰੇ ਕੈਬਨਿਟ ਮਿਨਿਸਟਰਾਂ ਨਾਲ ਵੀ ਹੁੰਦੀਆਂ ਰਹੀਆਂ ਨੇ, ਵੱਖ ਵੱਖ ਬਿਊਰੋਕਰੇਟਸ ਨਾਲ ਹੁੰਦੀਆਂ ਰਹੀਆਂ ਨੇ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇਹ ਭਰੋਸਾ ਦਵਾਇਆ ਕਿ ਮੱਦ ਨੰਬਰ 16 ਦੇ ਉੱਤੇ ਜਿਹੜੀ ਤੁਹਾਡੀ ਮੰਗ ਪਾਈ ਹੈ ਵੈਸਟ ਬੰਗਾਲ ਦੀ ਤਰਜ਼ 'ਤੇ, ਪੱਛਮੀ ਬੰਗਾਲ ਦੀ ਤਰਜ਼ 'ਤੇ ਤੁਹਾਡਾ ਮਸਲਾ ਜਿਹੜਾ ਹੈਗਾ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ। ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਨਹੀਂ ਮੈਂ ਸਮਝ ਗਿਆ ਜੀ, ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿੰਨੇ ਵੀ ਇਹ ਪ੍ਰੈਕਟੀਸ਼ਨਰ ਨੇ ਜਿਨ੍ਹਾਂ ਕੋਲ ਕੋਈ ਡਿਗਰੀ ਸਰਕਾਰ ਮੁਤਾਬਕ ਨਹੀਂ, ਲੰਬਾ ਇੱਕ ਤਜਰਬਾ ਹੈਗਾ, ਜਿਵੇਂ ਵੈਸਟ ਬੰਗਾਲ ਦੀ ਸਰਕਾਰ ਨੇ, ਪੱਛਮੀ ਬੰਗਾਲ ਦੀ ਸਰਕਾਰ ਨੇ, ਜਿਵੇਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉੱਥੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦਾ ਅਧਿਕਾਰ ਦਿੱਤਾ, ਜੋਬ ਕਰਨ ਦਾ ਅਧਿਕਾਰ ਦਿੱਤਾ, ਤਾਂ ਪੰਜਾਬ ਸਰਕਾਰ ਵੀ ਉਸੇ ਤਰ੍ਹਾਂ ਕਰੇ। ਔਰ ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੀ ਹੈ, ਚਾਈਨਾ ਦੇ ਵਿੱਚ ਨਾ ਪੈਰੇ ਡਾਕਟਰ ਤਿਆਰ ਕੀਤੇ ਹੈ, ਕਿਉਂਕਿ ਇਹ ਸਾਡੀ ਦੇਸ਼ ਦੀ ਜਿਹੜੀ ਹੈ ਆਰਥਿਕ ਵਸੋਂ ਦੇ ਮੁਤਾਬਕ ਇਹ ਬਹੁਤ ਵੱਡੀ ਲੋੜ ਹੈ, ਕਿਉਂਕਿ ਸਾਡੇ ਦੇਸ਼ ਦੇ ਲੋਕਾਂ ਦੀ ਆਰਥਿਕਤਾ, ਕਿਸਾਨਾਂ ਦੀ, ਮਜ਼ਦੂਰਾਂ ਦੀ, ਕਿਰਤੀਆਂ ਦੀ, ਮੋਰਓਵਰ ਡਾਕਟਰਸ ਵੀ ਨਹੀਂ ਹੈਗੇ ਨਾ ਕੁਆਲੀਫਾਈਡ, ਇੰਨੇ ਡਾਕਟਰਸ ਵੀ ਨਹੀਂ। ਇਹਦੇ ਵਿੱਚ ਨਾ ਇੱਕ ਪੁਆਇੰਟ ਜਿਹੜਾ ਹੈ, ਇੱਕ ਮਿੰਟ, ਅੱਜ ਦੀ ਬਾਡੀ ਇਜਲਾਸ ਹੋਇਆ ਡੈਲੀਗੇਸ਼ਨ ਦਾ, ਕੀ ਉਹਦੇ 'ਚ ਮੇਨ ਏਜੰਡਾ ਕੀ ਰੱਖਿਆ ਗਿਆ? ਅੱਜ ਦਾ ਜਿਹੜਾ ਇਹ ਸਾਡਾ ਵਾਰਸ਼ਿਕ ਇਜਲਾਸ ਆ, ਅਸੀਂ ਵੈਸੇ ਸਮਾਂ ਦਾ 3 ਸਾਲ ਦਾ, 3 ਸਾਲ ਬਾਅਦ ਚੋਣ ਕਰਨ ਜਾ ਰਹੇ ਹਾਂ, ਅਤੇ ਇਹਦੇ ਵਿੱਚ ਸਾਡੇ ਮਤੇ ਜਿਹੜੇ ਅੱਜ ਦੀ ਮੰਗ ਹੈਗੀ ਹੈ ਮੇਨ ਤਾਂ ਸਰਕਾਰ ਕੋਲ ਹੀ ਆ, ਵੀ ਸਾਡਾ ਚੋਣਾਂ ਦੇ ਦੌਰਾਨ ਸਾਡੀ ਜਿਹੜੀ ਮੰਗ ਸੀ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਪਾਈ ਸੀਗੀ, ਅਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਉਹ ਸਾਡਾ ਚੋਣ ਮੈਨੀਫੈਸਟੋ ਸਾਡੇ ਨਾਲ ਵਾਅਦਾ ਕੀਤਾ ਸੀ, ਉਹ ਵਾਅਦੇ ਨੂੰ ਜਲਦੀ ਪੂਰਾ ਕੀਤਾ ਜਾਵੇ। ਜਿਹੜਾ ਅੱਜ ਦਾ ਸਾਡਾ ਇਜਲਾਸ ਆ, ਇਹਦੇ ਵਿੱਚ ਸਾਡੀ ਜੀ ਚੋਣ ਸਰਵਸੰਮਤੀ ਨਾਲ ਕੀਤੀ ਜਾਊਗੀ, ਠੀਕ ਹੈ, ਜੋ ਵੀ ਸਾਡਾ ਪ੍ਰਧਾਨ ਹੋਇਆ, ਅਤੇ ਅਸੀਂ ਉਹ ਅੱਗੇ ਸਰਕਾਰ ਦੇ ਅੱਗੇ ਮੰਗ ਰੱਖਾਂਗੇ ਉਹਦੇ ਜ਼ਰੀਏ। ਪਹਿਲਾਂ ਵੀ ਮੰਗਾਂ ਬਹੁਤ ਟਾਈਮ ਤੋਂ ਰੱਖ 1963 ਤੋਂ ਰੱਖਦੇ ਆਉਂਦੇ ਹਾਂ ਅਸੀਂ, ਠੀਕ ਹੈ, ਪਰ ਸਰਕਾਰ ਨੇ ਸਾਡੀ ਕੋਈ ਨਹੀਂ ਗੋਲੀ, ਹੁਣ ਤੱਕ ਜਿੰਨੀਆਂ ਸਰਕਾਰਾਂ ਨੇ ਸਾਨੂੰ ਲਾਰੇ ਲਾਏ ਆ। ਹੁਣ ਅੱਗੇ ਕੀ ਰਣਨੀਤੀ? ਅੱਗੇ ਅਸੀਂ ਇਸ ਤੋਂ ਬਾਅਦ ਕੋਈ ਪਲਾਨ ਕਰਾਂਗੇ, ਵੱਡਾ ਕੋਈ ਪਲਾਨ ਕਰਾਂਗੇ ਜੇ ਸਾਡੀ ਸਰਕਾਰ ਗੱਲ ਸੁਣੇਗੀ। ਉਹਨਾਂ ਨੇ ਸਾਨੂੰ ਥੋੜ੍ਹਾ ਟਾਈਮ ਰੋਕਿਆ ਵੀ 2 ਮਹੀਨੇ ਰੁਕ ਜਾਓ ਤੁਸੀਂ, ਵੀ ਅਸੀਂ ਤੁਹਾਡੀ ਗੱਲ ਜ਼ਰੂਰ ਸੁਣਾਂਗੇ, ਤੁਹਾਡਾ ਜਿਹੜਾ ਵਾਅਦਾ ਕੀਤਾ ਪੂਰਾ ਕਰਾਂਗੇ, ਅਗਰ ਵਾਅਦਾ ਸਾਡੇ ਨਾਲ ਪੂਰਾ ਨਹੀਂ ਕਰਨਗੇ ਅਸੀਂ ਇਸ ਤੋਂ ਕੋਈ ਵੱਡਾ ਸੰਘਰਸ਼ ਕਰਾਂਗੇ, ਠੀਕ ਹੈ, ਪੰਜਾਬ ਦੇ ਵਿੱਚ ਕਿਤੇ ਵੀ ਅਸੀਂ ਆਪਣਾ ਵੱਡਾ ਸੰਘਰਸ਼ ਕਰਾਂਗੇ।